ਇਹ ਕਾਗਜ਼ ਦਾ ਘੁੰਮਣ ਵਾਲਾ ਬਹੁਤ ਹੀ ਅਦਭੁਤ ਨਮੂਨਾ ਹੈ। ਇਸ ਲਈ ਤੁਹਾਨੂੰ ਇੱਕ A4 ਸ਼ੀਟ, ਇੱਕ ਫੁੱਟਾ ਅਤੇ ਇੱਕ ਸਕੈਚ ਪੈਨ ਚਾਹੀਦਾ ਹੈ। ਸ਼ੀਟ ਨੂੰ ਦੋ ਹਿੱਸਿਆਂ ਵਿੱਚ ਮੋੜ ਲਵੋ ਅਤੇ ਫਿਰ ਉਸਨੂੰ ਮੋੜ ਕੇ ਟ੍ਰਾਇਐਂਗਲ ਬਣਾ ਲਵੋ। ਇੱਕ ਆਇਤਕਾਰ ਫੱਟੀ ਫਾੜ ਲਵੋ ਅਤੇ ਤੁਹਾਨੂੰ ਇੱਕ ਵੱਡਾ ਆਇਤਕਾਰ ਮਿਲ ਜਾਵੇਗਾ। ਹੁਣ ਦੋ ਸਕੁਐਰਸ ਹੋਣਗੇ, ਲੰਬਾਈ ਦੇ ਨਾਲ ਵਿਚਕਾਰੋਂ ਮੋੜੋ। ਵਿਚਕਾਰਲੀ ਰੇਖਾ ਨੂੰ ਚੰਗੀ ਤਰ੍ਹਾਂ ਦਬਾ ਕੇ ਇੱਕ ਲੰਬੀ ਫੱਟੀ ਬਣਾ ਲਵੋ। ਇਸ ਫੱਟੀ ਨੂੰ 8 ਬਰਾਬਰ ਦੇ ਹਿੱਸਿਆਂ ਵਿੱਚ ਮੋੜਿਆ ਜਾਵੇਗਾ। ਸਭ ਤੋਂ ਪਹਿਲਾਂ ਕੋਨਿਆਂ ਨੂੰ ਵਿਚਕਾਰਲੀ ਰੇਖਾ ਤੱਕ ਮੋੜ ਕੇ 1/4 ਹਿੱਸਾ ਬਣਾ ਲਵੋ। ਫਿਰ ਦੋਨੋਂ ਨੂੰ 1/4 ਰੇਖਾ ਤੱਕ ਮੋੜ ਕੇ 1/8 ਹਿੱਸੇ ਬਣਾ ਲਵੋ। ਫਿਰ ਇੱਕ ਕੋਨਾ ਲਵੋ ਅਤੇ 1/4 ਰੇਖਾ ਤੱਕ ਮੋੜ ਦਵੋ। ਪੈਨਸਿਲ ਦੀ ਮਦਦ ਨਾਲ ਰੋਮਬਸ ਬਣਾਓ। ਦੋਵੇਂ ਕੋਨਿਆਂ 'ਤੇ ਪੈਨਸਿਲ ਨਾਲ ਡਾਇਗਨਲ ਬਣਾਓ। ਹੁਣ ਅਜਿਹੀ ਹੀ ਆਕਾਰ ਪੁੱਠੇ ਪਾਸੇ ਵੀ ਬਣਾਓ। ਸਕੇਲ ਦੀ ਮਦਦ ਨਾਲ 5 ਤਿਰਛੀਆਂ ਤਹਿਾਂ ਦੋਵਾਂ ਤਰਫ ਬਣਾ ਲਵੋ। ਫੁੱਟੇ ਦੀ ਮਦਦ ਨਾਲ ਇੱਕ ਹਿੱਸਾ ਫਾੜ ਲਵੋ। ਪ੍ਰਿਜ਼ਮ ਬਣਾਉਣ ਲਈ ਇੱਕ ਪੂਰਾ ਹਿੱਸਾ ਅੰਦਰ ਪਾ ਲਵੋ। ਹੁਣ ਸਿਰਫ 6 ਹਿੱਸੇ ਬਚ ਜਾਣਗੇ। ਇਸ ਨਾਲ ਪ੍ਰਿਜ਼ਮ ਦਾ ਸੋਹਣਾ ਆਕਾਰ ਬਣ ਜਾਵੇਗਾ। ਪ੍ਰਿਜ਼ਮ ਦੇ ਹਰ ਪਾਸੇ ਤੁਸੀਂ 2 ਅੱਧੇ ਡਾਇਮੰਡਸ ਦੇਖ ਸਕਦੇ ਹੋ। ਇਹਨਾਂ ਅੱਧੇ ਡਾਇਮੰਡਸ ਨੂੰ 3 ਪਾਸਿਆਂ ਤੋਂ ਅੰਦਰ ਮੋੜ ਦਿਓ। ਹੁਣ ਤੁਸੀਂ ਹੈਕਸਾਗਨਲ ਆਕਾਰ ਦੇਖ ਸਕਦੇ ਹੋ, ਜਿਸ ਦੇ ਉੱਪਰ ਅਤੇ ਥੱਲੇ ਪੱਤੀਆਂ ਹੋਣਗੀਆਂ। ਇਹਨਾਂ ਪੱਤੀਆਂ ਨੂੰ ਅੰਦਰ ਵੱਲ ਮੋੜ ਕੇ ਫਲੈਕਸਾਗਨ ਪੂਰਾ ਕਰ ਲਵੋ। ਇਹ ਬਹੁਤ ਸ਼ਾਨਦਾਰ ਹੋਵੇਗਾ ਕਿ ਕਾਗਜ਼ ਬਿਨਾਂ ਫਾੜੇ ਘੁੰਮ ਸਕਦਾ ਹੈ। ਹੁਣ ਫੂਡ ਚੇਨ ਬਣਾ ਲਵੋ। ਡੱਡੂ ਕੀੜਿਆਂ ਨੂੰ ਖਾਣਗੇ, ਸੱਪ ਡੱਡੂਆਂ ਨੂੰ ਖਾਣਗੇ, ਇੱਲਾਂ ਸੱਪਾਂ ਨੂੰ ਖਾਣਗੀਆਂ। ਇਹ ਬਹੁਤ ਹੀ ਵਧੀਆ ਫੂਡ ਚੇਨ ਹੋਵੇਗੀ।